ਜ਼ਿਲ੍ਹਾ ਅੰਮ੍ਰਿਤਸਰ ਹਲਕਾ ਰਾਜਾਸਾਂਸੀ ਦੇ ਪਿੰਡ ਹੇਤਮਪੁਰਾ ਦੇ ਗ੍ਰੰਥੀ ਬਾਬਾ ਬਲਦੇਵ ਸਿੰਘ ਜੀ ਸ਼ਹੂਰਾ ਜੀ ਹਰ ਸਾਲ ਦੀ ਤਰ੍ਹਾਂ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਤੇ ਬਾਬਾ ਅਵਤਾਰ ਸਿੰਘ ਅਨੰਦਪੁਰ ਵਾਲਿਆਂ ਦੀ ਅਗਵਾਈ ਹੇਠ ਆਸ ਪਾਸ ਦੇ ਪਿੰਡਾਂ ਵਿੱਚੋਂ ਗਰਾਹੀ ਕਰਨ ਜਾਂਦੇ ਨੇ ਅਤੇ ਗਰਾਹੀ ਕਰਨ ਉਪਰੰਤ ਉਹ ਸਾਰੀਆਂ ਰਸਤਾ ਅਤੇ ਮਾਇਆ ਅਨੰਦਪੁਰ ਸਾਹਿਬ ਵਿੱਚ ਹੋਲੇ ਮਹੱਲੇ ਦੌਰਾਨ ਗੁਰੂ ਜੀ ਦੀਆਂ ਪਿਆਰੀਆਂ ਸੰਗਤਾਂ ਨੂੰ ਲੰਗਰ ਛਕਾਉਂਦੇ ਨੇ। ਪਰ ਇਸ ਸਾਲ ਬਾਬਾ ਬਲਦੇਵ ਜੀ ਸ਼ਹੂਰਾ ਨੂੰ ਕੁਝ ਸੰਗਤਾਂ ਨੇ ਗਰਾਹੀ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਉਹਨਾਂ ਨਾਲ ਮਾੜੇ ਚੰਗੇ ਬਚਨ ਵੀ ਕੀਤੇ। ਬਾਬਾ ਬਲਦੇਵ ਸਿੰਘ ਸ਼ਹੂਰਾ ਜੀ ਨੇ ਸੰਗਤਾਂ ਨੂੰ ਕਿਹਾ ਕਿ ਜੇਕਰ ਉਹਨਾਂ ਨੂੰ ਗਰਾਹੀ ਦੇਣ ਵਿੱਚ ਕੋਈ ਇਤਰਾਜ਼ ਹੋਵੇ ਤਾਂ ਉਹ ਸੰਗਤਾਂ ਬਾਬਾ ਅਵਤਾਰ ਸਿੰਘ ਜੀ ਅਨੰਦਪੁਰ ਵਾਲਿਆਂ ਨਾਲ ਸੰਪਰਕ ਕਰ ਸਕਦੇ ਨੇ। ਇਸ ਮੌਕੇ ਬਾਬਾ ਅਵਤਾਰ ਸਿੰਘ ਜੀ ਅਨੰਦਪੁਰ ਵਾਲਿਆਂ ਨੇ ਕਿਹਾ ਕਿ ਬਾਬਾ ਬਲਦੇਵ ਸਿੰਘ ਜੀ ਸ਼ਹੂਰਾ ਸਾਡੀ ਅਗਵਾਈ ਹੇਠ ਪਿੰਡ ਵਿੱਚੋਂ ਰਸਦ ਅਤੇ ਮਾਇਆ ਗੁਰਾ ਕੇ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਵਿੱਚ ਸੰਗਤਾਂ ਨੂੰ ਲੰਗਰ ਛਕਾਉਂਦੇ ਨੇ। ਉਗਰਾਹੀ ਵਾਸਤੇ ਹੋਲੇ ਮਹੱਲੇ ਦੇ ਪ੍ਰਬੰਧ ਲਈ ਰਸਤਾ ਲੈਣ ਵਾਸਤੇ ਬਾਹਰ ਪਿੰਡਾਂ ਦੇ ਵਿੱਚ ਉਗਰਾਹੀ ਨੂੰ ਜਾਂਦੀਆਂ ਹਨ, ਜੋ ਕਿ ਮੁੱਖ ਤੌਰ 'ਤੇ ਹੋਲੇ ਮਹੱਲੇ ਦੇ ਜੋੜ ਮੇਲੇ 'ਤੇ ਲੰਗਰਾਂ ਦੀ ਪੂਰੀ ਖੂਬ ਸੇਵਾ ਸੰਗਤਾਂ ਦੀ ਕੀਤੀ ਜਾਂਦੀ ਹੈ, ਰਹਿਣ ਦੇ ਪ੍ਰਬੰਧ ਕੀਤੇ ਜਾਂਦੇ ਹਨ। ਅਤੇ ਜਿਹੜੀਆਂ ਦੋ ਗੱਡੀਆਂ ਬਾਹਰ ਉਗਰਾਹੀ ਵਾਸਤੇ ਸੰਗਤਾਂ ਕੋਲ ਜਾਂਦੀਆਂ ਹਨ, ਉਹਨਾਂ ਵਿੱਚ ਜਥੇਦਾਰ ਬਲਦੇਵ ਸਿੰਘ ਜੀ ਹੋਰੀਂ, ਜਿਨ੍ਹਾਂ ਦਾ ਪਿੰਡ ਸ਼ਹੂਰਾ ਜ਼ਿਲ੍ਹਾ ਅੰਮ੍ਰਿਤਸਰ ਹੈ, ਇੱਕ ਗੱਡੀ ਦੇ ਉਹ ਜਥੇਦਾਰ ਉਗਰਾਹੀ ਨੂੰ ਜਾਂਦੇ ਹਨ। ਇੱਕ ਗੱਡੀ 'ਤੇ ਜਸਵੰਤ ਸਿੰਘ ਜੀ, ਉਹ ਵੀ ਜੋੜ ਮੇਲਿਆਂ ਦੇ ਲੰਗਰਾਂ ਲਈ ਉਗਰਾਹੀ ਨੂੰ ਜਾਂਦੇ ਹਨ। ਔਰ ਜੋ ਤੀਸਰੀ ਗੱਡੀ ਹੈ ਉਹ ਬੀਬੀ ਸੁਖਵਿੰਦਰ ਕੌਰ, ਬੀਬੀ ਸੁੱਖ ਹੋਰੀਂ, ਉਹ ਵੀ ਰਸਤਾ ਦੇ ਲਈ ਉਗਰਾਹੀ ਨੂੰ ਜਾਂਦੇ ਹਨ। ਹੁਣ ਮੈਨੂੰ ਕੁਛ ਦਿਨਾਂ ਤੋਂ ਪਤਾ ਚੱਲਿਆ ਹੈ ਕਿ ਸ਼ਰਾਰਤੀ ਅਨਸਰ ਜੋ ਹਨ ਉਹ ਕਿਸੇ ਧਾਰਮਿਕ ਸਥਾਨ ਨੂੰ ਨਹੀਂ ਮੰਨਦੇ, ਔਰ ਜੋ ਸੇਵਾਦਾਰ ਗੁਰੂ ਘਰੋਂ ਬਾਹਰ ਲੰਗਰਾਂ ਲਈ ਸੇਵਾ ਲੈਣ ਜਾਂਦੇ ਹਨ ਉਹਨਾਂ ਨੂੰ ਵੀ ਬੁਰਾ ਭਲਾ ਬੋਲਦੇ ਹਨ, ਜੋ ਕਿ ਚੰਗੀ ਗੱਲ ਨਹੀਂ। ਮੈਂ ਸਾਧ ਸੰਗਤ ਜੀ ਨੂੰ ਔਰ ਇਸ ਤਰ੍ਹਾਂ ਦੇ ਗੁਰਮੁਖ ਪਿਆਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਗੁਰਮੁਖ ਪਿਆਰਿਓ, ਅਗਰ ਤੁਹਾਨੂੰ ਕੋਈ ਸ਼ੱਕ ਹੋਵੇ ਕਿ ਇਹ ਨਜਾਇਜ਼ ਉਗਰਾਹੀਆਂ ਕਰਦੇ ਫਿਰਦੇ ਹਨ ਬਾਬੇ ਪਿੰਡਾਂ 'ਚੋਂ, ਤਾਂ ਇਹ ਚੰਗੀ ਗੱਲ ਹੈ, ਤੁਸੀਂ ਉਸ ਸ਼ੱਕ ਨੂੰ ਪੂਰਾ ਕਰੋ, ਪੂਰੀ ਉਸ ਦੀ ਜੋ ਹੈ ਅੱਗਾ ਪਿੱਛਾ ਫਰੋਲੋ ਕਿ ਇਹ ਸੇਵਾਦਾਰ ਹਨ ਜਾਂ ਲੁਟੇਰੇ ਹਨ, ਪਰ ਪੂਰੀ ਘੋਖ ਤੋਂ ਬਗੈਰ ਕਿਸੇ ਨੂੰ ਠੱਗ ਕਹਿਣਾ, ਚੋਰ ਕਹਿਣਾ, ਜਾਂ ਵੀ ਇਹ ਅਗਰਾਹੀਆਂ ਕਰਕੇ ਗਲਤ ਉਸ ਅਗਰਾਹੀ ਦਾ ਇਸਤੇਮਾਲ ਕਰਦੇ ਹਨ, ਇਹ ਬਹੁਤ ਬੁਰੀ ਗੱਲ ਹੈ। ਗੁਰਮੁਖ ਪਿਆਰਿਓ, ਅਗਰ ਤੁਹਾਨੂੰ ਕੋਈ ਸ਼ੱਕ ਹੋਵੇ ਕਿਸੇ ਵੀ ਤਰ੍ਹਾਂ ਦਾ, ਤਾਂ ਉਸ ਡੇਰੇ ਦੇ ਵਿੱਚ ਤੁਸੀਂ ਸਾਧ ਸੰਗਤ ਦੇ ਰੂਪ ਦੇ ਵਿੱਚ, ਪੰਚਾਇਤ ਦੇ ਰੂਪ ਦੇ ਵਿੱਚ ਆਣ ਕੇ ਘੋਖ ਕਰ ਸਕਦੇ ਹੋ। ਅਗਰ ਉਹ ਗਲਤ ਪਾਇਆ ਜਾਂਦਾ ਹੈ ਤਾਂ ਉਸਨੂੰ ਵਾਕਈ ਠੱਗ ਚੋਰ ਕਹਿਣਾ ਠੀਕ ਹੈ, ਪਰ ਅਗਰ ਉਹ ਬਿਲਕੁਲ ਸੱਚੇ ਹਨ, ਉਹ ਸਾਧ ਸੰਗਤਾਂ ਦੇ ਵਾਸਤੇ ਉਗਰਾਹੀ ਕਰਦੇ ਹਨ, ਜੋੜ ਮੇਲਿਆਂ 'ਚ ਲੰਗਰ ਲਾਉਂਦੇ ਹਨ, ਸੰਗਤ ਦੀ ਸੇਵਾ ਕਰਦੇ ਹਨ, ਫਿਰ ਵੀ ਉਹਨਾਂ ਨੂੰ ਕਹਿਣਾ, ਜੋ ਕਿ ਬਹੁਤ ਹੀ ਬੁਰੀ ਗੱਲ ਹੈ। ਉਹਨਾਂ ਨੇ ਨੈੱਟ ਦੇ ਉੱਤੇ ਸਾਡੀ ਗੱਡੀ ਦੀ ਫੋਟੋ ਪਾਈ ਹੈ, ਸਾਡੇ ਜਥੇਦਾਰ ਬਲਦੇਵ ਸਿੰਘ ਜੀ ਹੋਰਾਂ ਨੂੰ ਉੱਚਾ ਨੀਵਾਂ ਬੋਲ ਕੇ ਉਹਨਾਂ ਦੀ ਬੇਇੱਜ਼ਤੀ ਕੀਤੀ ਗਈ ਹੈ। ਇਸ ਬਾਰੇ ਅਸੀਂ ਜ਼ਰੂਰ ਬੇਨਤੀ ਪ੍ਰਸ਼ਾਸਨ ਨੂੰ ਕਰਦੇ ਹਾਂ ਕਿ ਇਹਨਾਂ ਨੂੰ ਥਾਣੇ ਬੁਲਾ ਕੇ ਜ਼ਰੂਰ ਪੁੱਛਿਆ ਜਾਵੇ ਕਿ ਤੁਸੀਂ ਇਹ ਭਾਸ਼ਾ ਜੋ ਵਰਤੀ ਹੈ ਕਿਉਂ ਵਰਤੀ ਹੈ। ਸਾਧ ਸੰਗਤ ਜੀ, ਕਈ ਸਾਲਾਂ ਤੋਂ ਪੱਕੇ ਤੌਰ 'ਤੇ ਜਥੇਦਾਰ ਬਲਦੇਵ ਸਿੰਘ ਜੀ ਜੋ ਸਾਡੇ ਜਥੇਦਾਰ ਨੇ ਸ਼ੂਰਾ ਪਿੰਡ ਤੋਂ, ਇਹੀ ਜੋੜ ਮੇਲਿਆਂ ਦੇ ਲਈ ਸਾਧ ਸੰਗਤ ਵਾਸਤੇ ਲੰਗਰਾਂ ਦੀ ਅਗਰਾਹੀ ਵੀ ਕਰਦੇ ਹਨ, ਬਿਸਤਰਿਆਂ ਦੀ ਅਗਰਾਹੀ ਵੀ ਕਰਦੇ ਹਨ, ਔਰ ਜਦੋਂ ਵੀ ਲੋੜ ਪਵੇ ਡੇਰੇ ਦੇ ਵਿੱਚ ਸਾਫ਼ ਸਫਾਈਆਂ ਦੀ, ਤਾਂ ਇਹ ਪਿੰਡਾਂ 'ਚੋਂ ਸੰਗਤਾਂ ਨੂੰ ਲਿਆਣ ਕੇ ਵੀ ਸੇਵਾ ਕਰਦੇ ਹਨ। ਸੋ ਸਾਨੂੰ ਇਹ ਨੈੱਟ ਵੇਖ ਕੇ ਜੋ ਉੱਤੇ ਫੋਟੋ ਆਈ ਹੈ ਬਹੁਤ ਦੁੱਖ ਲੱਗਾ ਹੈ। ਅਸੀਂ ਬੇਨਤੀ ਕਰਦੇ ਹਾਂ ਸ੍ਰੀਮਾਨ ਥਾਣੇ ਵਾਲੇ ਪ੍ਰਸ਼ਾਸਨ ਨੂੰ ਕਿ ਇਹਨਾਂ ਨੂੰ ਜ਼ਰੂਰ ਹੀ ਉਸ ਦੋ ਤਿੰਨ ਲੜਕਿਆਂ ਨੂੰ ਪੁੱਛ ਕੇ ਸੱਦ ਕੇ ਪੁੱਛਿਆ ਜਾਵੇ। ਹਰ ਸਾਲ ਸੇਵਾ ਕਰਕੇ ਗੱਠੀ ਬਿਸ਼ਨਪੁਰੀ ਗੁਰਦੁਆਰਾ ਸ੍ਰੀ ਅਨੰਦਪੁਰ ਸਾਹਿਬ, ਜਿੱਥੇ ਬਾਬਾ ਅਵਤਾਰ ਸਿੰਘ ਜੀ ਅਨੰਦਪੁਰ ਸਾਹਿਬ ਵਾਲਿਆਂ ਦੀ ਸੇਵਾ ਚੱਲ ਰਹੀ ਹੈ ਲੰਗਰਾਂ ਦੀ ਹਰ ਸਾਲ ਪਿੱਛੋਂ, ਸੰਗਤਾਂ ਤੋਂ ਸਾਰੀ ਸੇਵਾ ਕਰਕੇ ਧੀਰਪੁਰ ਸਾਰਾ ਉੱਥੇ ਜਾ ਕੇ ਲੰਗਰ ਲਾਈ ਦਾ,
ਜਾ ਕੇ ਸੰਗਤਾਂ ਰਹਿੰਦੀਆਂ ਨੇ, ਸੰਗਤਾਂ ਨੂੰ ਲੰਗਰ ਛਕਾਈਦਾ, ਆਈਆਂ ਗਈਆਂ ਨੂੰ ਲੀੜਾ ਬੇਤਲਾ ਮਿਲਦਾ ਤੇ ਇਹਨਾਂ ਤੋਂ ਵੱਧ ਭਾਈ ਸੇਵਾ ਕਰਨ ਦੀ ਗਾਂਹ ਵੀ ਕਿਰਪਾਲਤਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।